ਮੈਂ ਨਦ ਕਰ ਬਚ ਬਰਕ ਪਾਇਆ ਮੇਨ ਸਮਾ ਮੇਨ ਤੇ ਮੈਂ ਫੇਰ ਬਮਾਈ ਮੈਂ ਤੇ ਚੈਨਲ ਤੇ ਨਹੀਂ ਨੇ ਅਗਰ ਮੈਂ ਚਾ ਸਬਸਕ੍ਰਾਈਬ ਕੀਤਾ ਜਾ ਸਬਸਕ੍ਰਾਈਬ ਤੋਂ ਬੈਲ ਆਈਕਨ ਦਬਾ ਦਿਓ ਸਾਡੇ ਹਰ ਐਪਲੇ ਬਸ ਨਾਲ ਬੇਲ ਫੇਰ ਬੰਬਈ ਤਾਂ ਪਹੁੰਚ ਸਕੇ ਤੇ ਹਾਂਜੀ ਗਾਇਸ ਤੁਹਾਡੇ ਦਾ ਨਾ ਵਲੌਗ ਸ਼ੁਰੂ ਕਰਦੇ ਆ ਤੇ ਗਾਇਸ ਦਾਦਾ ਮੇਰੀ ਆਈ ਹੈ ਠੀਕ ਹੋ ਗਿਆ ਅੱਜ ਦੇ ਨਾਲ ਮੈਂ ਇੱਧਰ ਲੈ ਆਈ ਮੈਂ ਕਿਹਾ ਮੈਨੂੰ ਨਹੀਂ ਪਤਾ ਮੈਨੂੰ ਇੱਕ ਹੋਰ ਚੀਲਾ ਬਣਾ ਕੇ ਦਿਓ ਤੇ ਮਿੱਟੀ ਨੂੰ ਤੂੜੀ ਦੇ ਨਾਲ ਬੋ ਰਹੇ ਨੇ ਠੀਕ ਹੋ ਗਿਆ ਬਰੀਕ ਤੂੜੀਆ ਤੱਕ ਫਿਰ ਚੁੜੀਆਂ ਤੇ ਲਗਾਈ ਹੈ ਤੇ ਲੈ ਪਸੰਦ ਨਾਲ ਲੱਗ ਜਾਂਦਾ ਵਾ ਤੇ ਠੀਕ ਲੱਗਦਾ ਵਾ ਆਹ ਦੇਖੋ ਇੱਟਾਂ ਜੋੜੀਆਂ ਹੀ ਆ ਠੀਕ ਹੋ ਗਿਆ ਤੇ ਆਹ ਦੇਖੋ ਉਹਨੇ ਆਸਤਾ ਆਸਤਾ ਕਰਕੇ ਮਿੱਟੀ ਲਗਾਉਣਗੀਆਂ ਮਿੱਟੀ ਗੋਰ ਆ ਅੱਛਾ ਤਰੀਕੇ ਨਾਲ ਇੱਟਾਂ ਜੋੜਨੀਆਂ ਤੇ ਹੁਣ ਦੇਖੋ ਇੱਧਰ ਥੋੜੀ ਜਿਹੀ ਲਗਾ ਕੇ ਹਾਂਜੀ ਗਾਇਸ ਦੇਖੋ ਦਾਦੋ ਕਿੱਦਾਂ ਚੁੱਲ੍ਹਿਆਂ ਨੂੰ ਕਵਰ ਕਰ ਰਹੀ ਆ ਮਿੱਟੀ ਲਗਾ ਲਗਾ ਕੇ ਤੇ ਕਾਫੀ ਟਾਈਮ ਲੱਗੇਗਾ ਤੇ ਦੇਖੋ ਬੜਾ ਪਿਆਰਾ ਤੇ ਬੜਾ ਅੱਛਾ ਬਣਾ ਲੈਗੀ ਅਭੀ ਚੁੱਲ੍ਹੇ ਉਹਨੇ ਬਣਾਏ ਸੀਗੇ ਬਣਵਾਉਣੇ ਹੋਣਾ ਚੁੱਲ੍ਹੇ ਵਗੈਰਾ ਜਾਂ ਤੰਦੂਰ ਵਗੈਰਾ ਨੂੰ ਲਿਪ ਵਗੈਰਾ ਕਰਵਾਉਣਾ ਹੋਏ ਤੇ ਅਸੀਂ ਫਿਰ ਦਾਦੇ ਨੂੰ ਲਿਆਈਦਾ ਕਿਉਂਕਿ ਇਹ ਕੰਮ ਕਰਦੇ ਰਹਿੰਦੇ ਆ ਨਾ ਘਰ 'ਚ ਵੀ ਇੱਦਾਂ ਦੇ ਬਣਾਈ ਰੱਖਦੇ ਆ ਤੇ ਅਸੀਂ ਫਿਰ ਕਿਹਾ ਸਾਨੂੰ ਵੀ ਇੱਦਾਂ ਦਾ ਇੱਕ ਹੋਰ ਬਣਾ ਕੇ ਦਿਓ ਹੁਣ ਚੁੱਲ੍ਹੇ ਦੀ ਲੰਬੀ ਬਣਾ ਰਿਹਾ ਦੇਖੋ ਮੇਰੇ ਵਿੱਚ ਨਾ ਤੇ ਕੋਣ ਆ ਤੂੜੀ ਆ ਕੇ ਅਸੀਂ ਕਣਕ ਵਗੈਰਾ ਨਿਕਲੀ ਸੀ ਨਾ ਤੇ ਬੜੀ ਕੁੜੀ ਚੁੱਕ ਕੇ ਲਿਆਏ ਸੀਗੇ 2 ਸਾਲ ਹੋ ਗਏ ਨੇ ਮੈਨੂੰ ਮੇਰੀਆਂ ਪੋਤੀਆਂ ਕਹਿੰਦੀਆਂ ਨੇ ਦਾਦਾ ਤੂੰ ਸਾਨੂੰ ਚੁੱਲ੍ਹਾ ਬਣਾ ਕੇ ਦੇ ਚੁੱਲ੍ਹੇ ਬਣਾ ਕੇ ਦੇ ਤੈਨੂੰ ਲਾਉਣ ਦਾ ਸੂਟ ਲੈ ਕੇ ਦੇਵਾਂਦੀਆਂ ਤੇ ਅੱਜ ਮੈਂ ਕਿਹਾ ਅੱਜ ਤਾਂ ਮੈਨੂੰ ਜ਼ਰੂਰ ਹੀ ਸੂਟ ਲੈ ਕੇ ਦੇਣਾ ਮੈਂ ਥੋੜ੍ਹੇ ਔਖੀ ਹੋ ਕੇ ਵੀ ਬਣਾਵਾਂਗੀ ਤੇ ਮੈਨੂੰ ਅੱਜ ਇਹਨਾਂ ਸੂਟ ਲੈ ਕੇ ਦੇਣਾ ਲਾਉਣ ਦਾ ਤੇ ਮੈਂ ਆਪਣੇ ਸੂਟ ਵੀ ਤੁਹਾਨੂੰ ਦਿਖਾਵਾਂਗੇ ਜੇ ਲੈ ਕੇ ਦਿੱਤਾ ਤਾਂ ਤੇ ਦੇਖ ਲਓ ਮੈਂ ਇੰਨਾ ਔਖਾ ਹੋ ਕੇ ਤੇ ਚੁੱਲ੍ਹਾ ਬਣਾਉਣਾ ਗਰਮੀ ਦੇ ਵਿੱਚ ਤੇ ਲੱਤਾਂ ਮੇਰੇ ਪੈਰ ਮੇਰੇ ਕਰੈਕ ਹੋਏ ਹੋਏ ਨੇ ਗੋਡੇ ਮੇਰੇ ਦੁਖਦੇ ਨੇ ਉੱਠ ਕੇ ਮੇਰੇ ਕੋਲ ਖੜਾ ਨਹੀਂ ਹੋਇਆ ਜਾਂਦਾ ਫਿਰ ਵੀ ਮੈਂ ਆਖਦੀ ਹਾਂ ਮੇਰੀਆਂ ਪੋਤੀਆਂ ਜੋ ਹੈਗੀਆਂ ਨੇ ਜੇ ਮੇਰੀਆਂ ਪੋਤੀਆਂ ਆ ਜਾਓ ਇਹਨਾਂ ਨੂੰ ਅੱਲਾ ਦੇ ਦੇਵੇ ਤੌਫੀਕ ਤੇ ਅੱਜ ਮੈਨੂੰ ਸੋਹਣਾ ਆ ਗਿਆ ਸੂਟ ਲੈ ਕੇ ਦੇ ਦੇਣ ਤੇ ਅੱਲਾ ਮੇਰੀ ਧੀ ਨੂੰ ਕਾਮਯਾਬ ਕਰੇ ਆਮੀਨ ਦਾਦਾ ਸਾਨੂੰ ਸੂਟ ਲੈ ਕੇ ਦਾਂਗੇ ਅੱਜ ਇਨਸ਼ਾਅੱਲਾ ਠੀਕ ਹੈ ਉਹ ਵੀ ਜਾ ਤੇ ਗਾਇਸ ਤੁਸੀਂ ਦੇਖ ਸਕਦੇ ਹੋ ਆਸਤਾ ਆਸਤਾ ਮੈਂ ਚੁੱਲ੍ਹਾ ਕੰਪਲੀਟ ਹੁੰਦਾ ਜਾਂਦਾ ਵਾ ਮਿੱਟੀ ਲਗਾਈ ਜਾਂਦੇ ਆ ਤੇ ਧੁੱਪ ਜਿਹੜੀ ਬਹੁਤ ਜ਼ਿਆਦਾ ਵਾ 12 ਵਜੇ ਦਾ ਟਾਈਮ ਆ ਤੇ ਤੁਹਾਨੂੰ ਵੀ ਥੋੜ੍ਹਾ ਜਿਹਾ ਪਤਾ ਹੋਣਾ ਹੀ ਆ ਕਿ 12 ਵਜੇ ਕਿੰਨੀ ਜ਼ਿਆਦਾ ਧੁੱਪ ਹੋ ਜਾਂਦੀ ਹੈ ਤੇ ਇੱਥੇ ਛਾਂ ਵਗੈਰਾ ਤਾਂ ਹੈ ਨਹੀਂ ਬਸ ਥੋੜ੍ਹੀ ਥੋੜ੍ਹੀ ਜਗ੍ਹਾ ਤੇ ਛਾਂ ਹੈਗੀ ਬਾਕੀ ਅਸੀਂ ਧੁੱਪ 'ਤੇ ਖੜ੍ਹੇ ਹਾਂ ਤੇ ਹੁਣ ਦਾਦੋ ਕਹਿੰਦੀ ਮੈਨੂੰ ਸੂਟ ਲੈ ਕੇ ਦੇਣਾ ਵਾ ਤੁਸੀਂ ਹਰ ਵਾਰੀ ਕਹਿੰਦੀ ਹਾਂ ਮੈਂ ਚੁੱਲ੍ਹੇ ਬਣਾ ਕੇ ਦਿਓ ਤੇ ਮੈਂ ਨਾ ਤੁਹਾਨੂੰ ਸੂਟ ਲੈ ਕੇ ਦਾਂਗੀ ਤੇ ਹੁਣ ਦੇਖੋ ਕੀ ਕਰਦੇ ਹਾਂ ਅੱਗੇ ਦਾਦੋ ਨੂੰ ਸੂਟ ਤੇ ਲੈ ਕੇ ਦੇਣਾ ਪੈਣਾ ਕਿਉਂਕਿ ਉਹ ਨਾ ਹੁਣ ਤੁਹਾਨੂੰ ਹੀ ਦੱਸਦੀ ਆ ਤੇ ਆਪਾਂ ਸੂਟ ਲੈ ਕੇ ਦਾਂਗੇ ਨਾ ਫਿਰ ਇਨਸ਼ਾਅੱਲਾ ਅਗਲੇ ਵਲੌਗ 'ਚ ਤੁਹਾਨੂੰ ਦਿਖਾਵਾਂਗੇ ਹਾਂਜੀ ਗਾਇਸ ਦੇਖੋ ਹੁਣ ਦਾਦਾ ਮੰਮੀ ਨਾ ਲੰਬੀ ਬਣਾ ਰਹੇ ਆ ਮਿਹਨਤ ਬਹੁਤ ਆ ਤੇ ਹੁਣ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਠੀਕ ਹੋ ਗਿਆ ਔਰ ਵੀਡੀਓ ਨੂੰ ਵੀ ਲਾਈਕ ਕਰੋ ਜਿੰਨਾ ਹੋ ਸਕੇ ਮੇਰੀ ਵੀਡੀਓ ਦੇਖੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਦੂਸਰੇ ਚੁੱਲ੍ਹਿਆਂ ਨੂੰ ਵੀ ਨਾ ਲੇਪ ਲਗਾਉਣਾ ਵਾ
ਉਹ ਤਾਂ ਮੈਂ ਖੁਦ ਕਰ ਲਾਂਗੀ, ਮੁਸ਼ਕਲ ਨਹੀਂ ਆ। ਉਹ ਤੇ ਤੂੰ ਹੁਣ ਕਰ ਹੀ ਲੈਣਾ ਦਾਦੀ ਕੋਲ ਵੇਖ ਵੇਖ ਕੇ ਸਿੱਖ ਲਿਆ ਤੇ ਹੁਣ ਤੂੰ ਕਹਿੰਦੀ ਆ ਮੈਂ ਬਣਾ ਲੈਣਾ। ਹਾਂਜੀ ਐਵੇਂ ਬਣਾਉਂਦੀ ਤੇ ਪਤਾ ਲੱਗਦਾ ਨਾ। ਕੋਈ ਨੀ, ਕਿਸੇ ਦਿਨ ਇਨਸ਼ਾਅੱਲਾ ਮੈਂ ਖੁਦ ਬਣਾਵਾਂਗੀ। ਫਿਰ ਵੀ ਬੜਾ ਲੱਖ ਸ਼ੁਕਰ ਹੈ, ਜਿਹੜਾ ਦੇਖ ਕੇ ਹੀ ਕੰਮ ਕਰ ਲਵੇ ਉਹ ਹੀ ਬੜਾ ਚੰਗਾ। ਹਾਂਜੀ ਇੰਨਾ ਕੁ ਸਾਡਾ ਦਿਨ ਹੈ ਕਿ ਦੇਖ ਕਾਪੀ ਖਾ ਲਈ ਸੀ ਅਸੀਂ। ਦੇਖੋ ਮੈਂ ਵੀ ਕਿਸੇ ਦਾ ਬਣਾਵਾਂਗੀ ਸੇਮ ਏਦਾਂ। ਹੈਲੋ ਜੀ ਗਾਇਸ, ਦੇਖੋ ਲੰਬੀ ਆਪਣੀ ਹੋ ਗਈ ਆ ਤਿਆਰ, ਤੁਸੀਂ ਦੇਖ ਸਕਦੇ ਹੋ ਇਧਰੋਂ ਧੂੰਆਂ ਵਗੈਰਾ ਨਿਕਲੇਗਾ। ਹਾਂਜੀ ਗਾਇਸ ਦੇਖੋ ਦਾਦੋ ਹਲੇ ਵੀ ਲੱਗੇ ਹੋਏ ਆ ਤੇ ਥੋੜਾ ਬਹੁਤ ਹਲੇ ਕੰਪਲੀਟ ਹੋਇਆ ਵਾ, ਹਲੇ ਹੋਰ ਵੀ ਕਰ ਰਿਹਾ ਤੇ ਦਾਦੋ ਕਹਿੰਦਾ ਪਾਣੀ ਲਿਆ ਦਿਓ ਮੈਨੂੰ ਤੇ ਮੈਂ ਦਾਦੋ ਵਾਸਤੇ ਪਾਣੀ ਲੈਣ ਚੱਲੇ ਹਾਂ ਤੇ ਤੁਸੀਂ ਦੇਖੋ। ਪਾਥੀਆਂ ਦੀ ਆਪ ਖੋਲ ਕੇ ਨਹੀਂ ਬਾਲਦੇ, ਠੀਕ ਹੋ ਗਿਆ ਇਸੇ ਲਈ ਪਾਥੀਆਂ ਵਾਸਤੇ ਲਾਦਾ ਵਾ ਸੀ, ਹੁਣ ਚੁੱਲ੍ਹਾ ਵੱਡਾ ਗੋਲ ਵਗੈਰਾ ਬਣਵਾਇਆ ਵਾ, ਠੀਕ ਹੋ ਗਿਆ ਛੋਟੇ ਬਣਾਤੇ ਸੀਗੇ ਤੇ ਹੁਣ ਆਪਾਂ ਇਹਨਾਂ 'ਚ ਲੱਕੜੀਆਂ ਵਗੈਰਾ ਇਸਤੇਮਾਲ ਕਰਾਂਗੇ ਤੇ ਜਿਵੇਂ ਪਾਥੀਆਂ ਵਗੈਰਾ ਹੋਇਆ ਕਰਾਂਗੇ ਉਹ ਆਪਾਂ ਇਸੇ ਲਈ ਇਸਤੇਮਾਲ ਕਰਾਂਗੇ ਕਿਉਂਕਿ ਤੁਸੀਂ ਮੇਰੇ ਨਾਲ ਹੋ, ਤੁਹਾਨੂੰ ਪਤਾ ਹੀ ਹੋਣਾ ਸ਼ਾਇਦ ਆ ਅੱਜ ਇਸਤੇਮਾਲ ਕਰੀ ਆ ਕਿਸ ਜਗ੍ਹਾ 'ਚ ਇਸਤੇਮਾਲ ਕਰੀਏ। ਤੇ ਖੈਰ ਹੁਣ ਕਰਦੇ ਵੀਡੀਓ ਦਾ ਐਂਡ, ਅਗਰ ਮੇਰੇ ਪੈਰ ਭਾਈ ਨੂੰ ਮੇਰੀ ਵੀਡੀਓ 'ਚ ਲੱਗੇ ਲਾਈਕ ਸਬਸਕ੍ਰਾਈਬ ਕਰੋ ਤਾਂ ਖੈਰ ਵੀਡੀਓ ਬਸ ਨਾਲ ਮੇਰੇ ਪੈਰ ਭਾਈ ਤੋਂ ਪਹੁੰਚ ਸਕੇ। ਮਿਲਾਂਗੇ ਅਗਲੀ ਵੀਡੀਓ 'ਚ ਨਾ।